ਬਸ ਇੱਦਾਂ ਹੀ ਮਿਹਨਤ ਕਰ ਰਹੇ ਹਾਂ ਦੋਨੇ ਮੀਆਂ ਬੀਬੀ, ਰੋਟੀ ਖਾ ਰਹੇ ਹਾਂ। ਘਰ ਵੀ ਜਿਹੜਾ ਮਕਾਨ ਹੈ ਨਿੱਕਾ ਜਿਹਾ ਮਕਾਨ ਹੈ, ਉਹ ਵੀ ਸਾਰਾ ਇਹਦੇ ਭਰਾ ਦੇ ਨਾਂ ਆਪਣੇ ਨਾਂ ਕੀਤਾ ਹੋਇਆ, ਛੋਟਾ ਜਿਹਾ ਕਮਰਾ ਦਿੱਤਾ ਹੋਇਆ ਉਹਨਾਂ ਨੇ। ਜਦੋਂ ਵੀ ਲੜਦਾ ਹੈ ਕਹਿੰਦਾ ਨਿਕਲ ਲਓ ਬਾਹਰ, ਨਿਕਲ ਲਓ ਬਾਹਰ। ਬੱਚੇ ਨਹੀਂ ਅਸੀਂ ਦੋਨੇ ਮੀਆਂ ਬੀਬੀ, ਪਹਿਲੇ ਆਦਮੀ 'ਚ ਔਲਾਦ ਹੈ, ਉਹ ਜੰਮੂ ਰਹਿੰਦੇ, ਉਹਨਾਂ ਆਪਣਾ ਦਿਹਾੜੀ ਟੱਪਾ, ਉਹਨਾਂ ਦਾ ਆਪਣਾ ਨਹੀਂ ਸਰਦਾ, ਉਹਨਾਂ ਨੇ ਸਾਨੂੰ ਕਿੱਥੋਂ ਦੇਣਾ। ਬੇਟੀ ਮੇਰੀ ਇੱਥੇ ਵਿਆਹੀ ਹੈ, ਉਹ ਵੀ 6000 'ਤੇ ਨੌਕਰੀ 'ਤੇ ਲੱਗੀ ਆਦਮੀ, ਉਹਦਾ ਨਸ਼ੇ ਨੁਸ਼ੇ ਕਰਦਾ ਹੈ, ਉਹ ਵੀ ਨਹੀਂ ਮੇਰੀ ਹੈਲਪ ਕਰ ਸਕਦੀ ਕਿਉਂਕਿ ਉਹ ਆਪਣਾ ਨਹੀਂ ਗੁਜ਼ਾਰਾ ਹੁੰਦਾ। ਕੰਮ ਹੈ ਨਹੀਂ ਇੱਥੇ ਜਿਹੜਾ ਵੀ ਧੁੱਪੇ ਵਿਆਹ ਹੋ ਕੇ 100-200 ਰੁਪਏ ਦਾ ਜਿਹੜਾ 300 ਰੁਪਇਆ ਕਦੀ ਬਣ ਜਾਂਦਾ, ਕਦੀ 400, ਉਹਦਾ ਰਾਸ਼ਨ ਹੀ ਆ ਜਾਂਦਾ। ਬਸ ਇਹ ਹੈ ਵੀ ਸਾਡੀ ਰੋਟੀ ਚੱਲਦੀ, ਹੋਰ ਕੁਛ ਨਹੀਂ ਜਾਂਦਾ। ਸਟੈਂਡ ਸੀ ਮੇਰਾ ਖਤਮ ਹੋ ਗਿਆ, ਗੱਡੀਆਂ ਵੀ ਵਿਕ ਗਈਆਂ ਅਤੇ ਗੱਡੀਆਂ ਵੀ ਗਈਆਂ, ਅੱਖਾਂ ਵੀ ਨਹੀਂ ਬਣੀਆਂ, ਅਤੇ ਹੁਣ ਅਸੀਂ ਸੜਕ 'ਤੇ ਬੈਠੇ ਆਹ ਕੰਮ ਕਰਨ ਡੇ ਹਾਂ। ਕਹਿੰਦੇ ਨੇ ਕਿ ਮਿਹਨਤ ਦਾ ਕੋਈ ਮੁੱਲ ਨਹੀਂ ਹੁੰਦਾ। ਜਿਸ ਬੰਦੇ ਨੇ ਠਾਣ ਲਿਆ ਹੋਵੇ ਕਿ ਮਿਹਨਤ ਕਰਨੀ ਹੀ ਕਰਨੀ ਹੈ, ਰੱਬ ਨੇ ਉਸਨੂੰ ਜਿਵੇਂ ਮਰਜ਼ੀ ਬਣਾਇਆ ਹੋਵੇ, ਉਹ ਮਿਹਨਤ ਕਰਦਾ ਹੀ ਕਰਦਾ ਹੈ। ਚਾਹੇ ਜੀਵਨ ਦੇ ਵਿੱਚ ਉਸਨੂੰ ਜਿੰਨੀਆਂ ਵੀ ਔਂਕੜਾਂ ਆਉਣ, ਉਹ ਆਪਣਾ ਕੰਮ ਕਰਦਾ ਹੀ ਕਰਦਾ, ਆਪਣੇ ਕਰਮ ਜ਼ਰੂਰ ਕਰਦਾ ਹੈ। ਕੁਝ ਅਜਿਹੀ ਹੀ ਮਿਸਾਲ ਸਾਨੂੰ ਦੇਖਣ ਨੂੰ ਮਿਲ ਰਹੀ ਹੈ ਜਲੰਧਰ ਦੇ BMC ਚੌਂਕ ਦੇ ਨੇੜੇ। ਇੱਕ ਬਜ਼ੁਰਗ ਜੋੜਾ ਹੈ ਜੋ ਚਾਹ ਔਰ ਪਰੌਂਠਿਆਂ ਦੀ ਰੇੜੀ ਲਗਾਉਂਦਾ ਹੈ, ਉਹਨਾਂ ਨਾਲ ਗੱਲਬਾਤ ਕਰਨ ਪਹੁੰਚੇ ਹਾਂ ਅਸੀਂ, ਔਰ ਕਰਦੇ ਹਾਂ ਗੱਲਬਾਤ ਇੱਥੇ ਜੋ ਮੌਜੂਦ ਜੋ ਜੋੜਾ ਹੈ ਉਹਨਾਂ ਦੀ। ਖਾਸ ਗੱਲ ਇਹ ਹੈ ਕਿ ਜੋ ਇੱਥੇ ਦੇ ਉਹਨਾਂ ਨੂੰ ਥੋੜ੍ਹੀ ਨਿਗਾਹ ਕਮਜ਼ੋਰ ਹੈ, ਘੱਟ ਦਿਖਦਾ ਹੈ ਇੱਕ ਜਣੇ ਨੂੰ, ਇੱਕ ਜੋ ਦੂਸਰਾ ਉਹਨਾਂ ਦਾ ਪਾਰਟਨਰ ਹੈ ਉਹਨਾਂ ਦੇ ਬਲਾਇੰਡ ਨੇ, ਨਜ਼ਰਾਂ ਤੋਂ ਉਹਨਾਂ ਨੂੰ ਨਹੀਂ ਦਿਖਦਾ। ਇਸ ਨੂੰ ਲੈ ਕੇ ਅਸੀਂ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਵੀ ਜੀ। ਸਤਿ ਸ਼੍ਰੀ ਅਕਾਲ ਬੇਟਾ। ਤੁਹਾਡਾ ਨਾਮ? ਮੇਰਾ ਨਾਮ ਅਨੂ ਹੈ। ਹਾਂਜੀ, ਤੁਸੀਂ ਕਦੋਂ ਤੋਂ ਲਗਾ ਰਹੇ ਹੋ ਚਾਹ ਔਰ ਪਰੌਂਠਿਆਂ ਦੀ ਰੇੜੀ? ਸਾਨੂੰ ਉਹ ਵੀ 4-5 ਸਾਲ ਹੋ ਗਏ। ਹਾਂਜੀ, ਬਸ ਇੱਦਾਂ ਹੀ ਮਿਹਨਤ ਕਰ ਰਹੇ ਹਾਂ ਦੋਨੇ ਮੀਆਂ ਬੀਬੀ, ਰੋਟੀ ਖਾ ਰਹੇ ਹਾਂ। ਘਰ ਵੀ ਜਿਹੜਾ ਮਕਾਨ ਹੈ ਨਿੱਕਾ ਜਿਹਾ ਮਕਾਨ ਹੈ, ਉਹ ਵੀ ਸਾਰਾ ਇਹਦੇ ਭਰਾ ਦੇ ਨਾਂ ਆਪਣੇ ਨਾਂ ਕੀਤਾ ਹੋਇਆ, ਛੋਟਾ ਜਿਹਾ ਕਮਰਾ ਦਿੱਤਾ ਹੋਇਆ ਉਹਨਾਂ ਨੇ। ਜਦੋਂ ਵੀ ਲੜਦਾ ਹੈ ਕਹਿੰਦਾ ਨਿਕਲ ਲਓ ਬਾਹਰ, ਨਿਕਲ ਲਓ ਬਾਹਰ। ਇੱਦਾਂ ਟਾਈਮ ਪਾਸ ਕਰਨ ਦੇ ਜ਼ਿੰਦਗੀ ਦਾ ਹੋਰ ਕੁਛ ਨਹੀਂ ਹੈ ਸਾਡਾ। ਔਲਾਦ ਹੈ ਘਰ ਦੇ ਵਿੱਚ ਬੱਚੇ ਤੁਹਾਡੇ? ਨਹੀਂ, ਬੱਚੇ ਨਹੀਂ। ਅਸੀਂ ਦੋਨੇ ਮੀਆਂ ਬੀਬੀ ਪਹਿਲੇ ਆਦਮੀ 'ਚ ਔਲਾਦ ਹੈ, ਉਹ ਜੰਮੂ ਰਹਿੰਦੇ, ਉਹਨਾਂ ਆਪਣਾ ਦਿਹਾੜੀ ਟੱਪਾ, ਉਹਨਾਂ ਦਾ ਆਪਣਾ ਨਹੀਂ ਸਰਦਾ, ਉਹਨਾਂ ਨੇ ਸਾਨੂੰ ਕਿੱਥੋਂ ਦੇਣਾ ਹੈ। ਉਹ ਆਪਣੀ ਬੜੀ ਮੁਸ਼ਕਲ ਕੇਅਰ ਕਰਦੇ ਆ। ਤਾਂ ਬੇਟੀ ਮੇਰੀ ਇੱਥੇ ਵਿਆਹੀ ਹੈ, ਉਹ ਵੀ 6000 'ਤੇ ਨੌਕਰੀ 'ਤੇ ਲੱਗੀ ਆਦਮੀ, ਉਹਦਾ ਨਸ਼ੇ ਨੁਸ਼ੇ ਕਰਦਾ ਹੈ, ਉਹ ਵੀ ਨਹੀਂ ਮੇਰੀ ਹੈਲਪ ਕਰ ਸਕਦੀ ਕਿਉਂਕਿ ਉਹ ਆਪਣਾ ਨਹੀਂ ਗੁਜ਼ਾਰਾ ਹੁੰਦਾ। ਸਾਡੀ ਕਿੱਥੋਂ ਕਰਨੀ ਹੈ, ਇੱਥੇ ਸਾਡਾ ਬੜਾ ਟਾਈਮ ਪਾਸ ਹੁੰਦਾ ਹੈ ਬਸ। ਕਿੰਨੇ ਤੋਂ ਕਿੰਨੇ ਵਜੇ ਤੱਕ ਲਗਾਉਂਦੇ ਹੋ ਤੁਸੀਂ ਇੱਥੇ ਰੇੜੀ? ਜਲਦੀ ਚਲੇ ਜਾਂਦੇ ਹਾਂ, ਸਵੇਰੇ 8 ਵਜੇ ਆਉਂਦੇ ਹਾਂ, ਤਾਂ 2-3 ਵਜੇ ਜਾਂ 4 ਵਜੇ ਚਲੇ ਜਾਂਦੇ ਹਾਂ। ਕੰਮ ਹੈ ਨਹੀਂ ਇੱਥੇ ਜਿਹੜਾ ਵੀ, ਧੁੱਪੇ ਵਿਆਹ ਹੋ ਕੇ 100-200 ਰੁਪਏ ਦਾ ਜਿਹੜਾ 300 ਰੁਪਇਆ ਕਦੀ ਬਣ ਜਾਂਦਾ, ਕਦੀ 400, ਉਹਦਾ ਰਾਸ਼ਨ ਹੀ ਆ ਜਾਂਦਾ। ਬਸ ਇਹ ਹੈ ਵੀ ਸਾਡੀ ਰੋਟੀ ਚੱਲਦੀ, ਹੋਰ ਕੁਛ ਨਹੀਂ ਸਾਡਾ, ਕਮਾਈ ਕੁਛ ਨਹੀਂ ਹੈਗੀ ਇਹ 'ਚ, ਨਾ ਚਾਹ ਲੱਗਦੀ ਹੈ ਨਾ ਕੋਈ ਪਰੌਂਠੇ ਲੱਗਦੇ। ਬਾਬਾ ਜੀ, ਤੁਸੀਂ ਨਜ਼ਰਾਂ ਤੋਂ ਤੁਸੀਂ ਕਹਿ ਰਹੇ ਹੋ ਕਿ ਨਹੀਂ ਦਿਖਦਾ, ਤੇ ਇਹ ਕਦੋਂ ਤੋਂ ਤੁਹਾਨੂੰ ਪ੍ਰੋਬਲਮ ਆਈ ਹੈ? ਆਈ ਸਾਈਟ ਕਦੋਂ ਤੋਂ ਰੋਸ਼ਨੀ ਗਈ ਹੈ? ਇਹਦੀ 84 ਦੇ ਵਿੱਚ ਨਾ ਟਾਈਫਾਇਡ ਬੁਖਾਰ ਹੋਇਆ ਸੀਗਾ, ਉਹਦੇ ਨਾਲ ਉਸ ਤੋਂ ਬਾਅਦ ਹੌਲੀ ਹੌਲੀ ਨਜ਼ਰ ਖਤਮ ਹੀ ਹੋ ਗਈ, ਕੋਈ ਦੁੱਖ ਜਾਂ ਕੋਈ ਖਾਰਸ਼ ਕੁਛ ਨਹੀਂ ਹੋਇਆ ਮੈਨੂੰ, ਬਸ ਇੱਕ ਬਹਾਨਾ ਹੀ ਬਣਿਆ ਬੁਖਾਰ ਦਾ। ਅਤੇ ਤਕਰੀਬਨ ਕੋਈ ਐਸਾ ਡਾਕਟਰ ਨਹੀਂ ਛੱਡਿਆ ਸਪੈਸ਼ਲਿਸਟ, ਬੜਾ ਪੈਸਾ ਲਗਾਇਆ, ਗੱਡੀਆਂ ਸੀ, ਟੈਕਸੀ ਸਟੈਂਡ ਸੀ ਮੇਰਾ, ਖਤਮ ਹੋ ਗਿਆ, ਗੱਡੀਆਂ ਵੀ ਵਿਕ ਗਈਆਂ ਅਤੇ ਅੱਖਾਂ ਵੀ ਨਹੀਂ ਬਣੀਆਂ, ਅਤੇ ਹੁਣ ਅਸੀਂ ਸੜਕ 'ਤੇ ਬੈਠੇ ਆਹ ਕੰਮ ਕਰਨ ਡੇ ਹਾਂ ਜੀ। ਇਹ ਖਿਆਲ ਕਦੋਂ ਆਇਆ ਕਿ ਤੁਸੀਂ ਰੇੜੀ ਲਗਾਉਣੀ ਹੈ ਇਹ ਵਾਲੀ? ਉਸ ਤੋਂ ਪਹਿਲਾਂ ਹੋਰ ਪੈਸੇ ਵਾਲੇ ਦੀ ਸੁਣਵਾਈ ਹੁੰਦੀ ਆ, ਤੇ ਉਹਨਾਂ ਦੀ ਸੁਣਵਾਈ ਸੀ, ਉਹਨਾਂ ਨੇ ਕੋਈ ਮੰਤਰੀ ਕਿਸ਼ਨ ਲਾਲ ਅਡਵਾਨੀ ਪਤਾ ਕਿਹੜਾ ਸੀ ਉਹਦੇ ਕੋਲ, ਉਹਨਾਂ ਨੂੰ ਕਾਰਪੋਰੇਸ਼ਨ ਨੂੰ ਕਹਿ ਕੇ ਮੇਰਾ ਤੁਹਾਡਾ ਕਿਨਾ ਤੁਹਾਡਾ ਦਿੱਤਾ। ਤੇ ਕਾਫੀ ਵੀ ਪ੍ਰੈਸ ਵਾਲੇ ਇੰਟਰਵਿਊ ਲੈਣ ਆਏ, ਪੁੱਛਣ ਆਏ ਵੀ ਕੀ ਹੋਇਆ, ਲੇਕਿਨ ਇਹਨਾਂ ਨੇ ਉਂਗਲ ਦਾ ਇਸ਼ਾਰਾ ਹੀ ਕੀਤਾ ਵੀ ਤੁਸੀਂ ਇਹਨਾਂ ਦੇ ਵਰਖਲਾਫ ਲਿਖੋ, ਸਾਡੇ ਬਾਰੇ ਕੁਛ ਨਹੀਂ ਲਿਖਣਾ। ਸਿਰਫ ਅਜੀਤ ਪ੍ਰੈਸ ਵਾਲੇ ਨੇ ਮੇਰੇ ਬਾਰੇ ਕੀਤਾ ਕਾਫੀ ਸੀਗਾ,
ਵੀ ਇਹ ਬਲੈਂਡਰ ਗਲਤ ਕੀਤਾ ਗਿਆ ਆ ਤੇ ਦਿਹਾੜੀ ਚ ਤੁਹਾਨੂੰ ਕਿੰਨੀ ਕੁ ਕਮਾਈ ਹੋ ਜਾਂਦੀ ਹੈ ਰੇੜੀ ਲਗਾਉਣ ਦੀ ਮੈਂ ਪਹਿਲਾਂ ਕੰਮ ਸੀਗਾ ਹੁਣ ਕੰਮ ਹੈ ਨਹੀਂ ਤੇ ਟੈਕਸ ਸਟੈਂਡ ਵੀ ਦਫ਼ਤਰ ਦੇ ਸਭ ਵਿਕ ਬੁੱਕ ਇੱਥੇ ਲੋਕਡਾਊਨ ਤੋਂ ਬਾਅਦ ਕੰਮ ਕਰ ਹੀ ਹੈ ਨਹੀਂ ਜੇ ਅਸੀਂ 600 ਰੁਪਏ ਸਮਾਨ ਲਗਾਉਂਦੇ ਤਾਂ ਕਦੀ 200 ਕਦੀ 250 ਬਸ ਪੈਸੇ ਵੀ ਨਹੀਂ ਸੋਚਦੇ ਤੇ ਪੂਰੇ ਦੇ ਇੱਥੇ ਲੋਕਾਂ ਨੂੰ ਵੰਡ ਕੇ ਚੱਲ ਜਾਂਦੇ ਆ ਵੀ ਸਾਡਾ ਰੋਟੀ ਪਾਣੀ ਚੱਲੀ ਜਾਂਦਾ ਹੋਰ ਕੁਛ ਨਹੀਂ ਹੈਗਾ ਪਹਿਲਾਂ ਕੰਮ ਰਹਿੰਦੇ ਕਿੱਥੇ ਹੋ ਤੁਸੀਂ ਅਸੀਂ ਤੇਤਾ ਜੀ ਪਾਰਕ ਰਹਿੰਦੇ ਹਾਂ ਜੀ ਹਾਂਜੀ ਤੁਸੀਂ ਕੀ ਕੰਮ ਕੀ ਕਰਦੇ ਹੋ ਇਸ ਰੇੜੀ ਤੇ ਮੈਂ ਭਾਂਡੇ ਧੋ ਦਿੰਦਾ ਥੋੜ੍ਹਾ ਬਹੁਤਾ ਆਟਾ ਉਟਾ ਗੁੰਨ ਦਿੰਦਾ ਆ ਬਸ ਇਹ ਕੰਮ ਮੇਰਾ ਬਾਕੀ ਵਾਈਫ ਬਣਾਉਂਦੀ ਆ ਹੋਰ ਮੈਂ ਅਕੇਲਾ ਚੱਲ ਨਹੀਂ ਸਕਦਾ ਕਿਸੇ ਪਾਸੇ ਜਾਣੀ ਮੈਂ ਵਾਸ਼ਰੂਮ ਜਾਣਾ ਤਾਂ ਵੀ ਮੈਨੂੰ ਫੜ ਕੇ ਉਹਨਾਂ ਕੋਈ ਲਿਜਾਂਦਾ ਆ ਆਂਢ ਗੁਆਂਢ ਅੱਛੇ ਲੋਕ ਆ ਮੇਰੀ ਹੈਲਪ ਉਹ ਕਰਦੇ ਆ ਸਰਦਾਰ ਸਾਹਮਣੇ ਗੈਰਜ ਵਾਲੇ ਆ ਉਹਨਾਂ ਲੜਕਾ ਵਾ ਕੋਈ ਵੀ ਹੋਇਓ ਮੇਰੀ ਬਹੁਤ ਹੈਲਪ ਕਰਦੇ ਜਾਣਾ ਕਿਵੇਂ ਦੇ ਪਰਾਂਠੇ ਬਣਾਉਂਦੇ ਹੋ ਤੁਸੀਂ ਆਲੂ ਦੇ ਸਿੰਪਲ ਸਿੰਪਲ ਬਣਾ ਦਈਦੇ ਆ ਹਰ ਤਰ੍ਹਾਂ ਦਾ ਪਰੌਂਠਾ ਹਾਂ ਕਿਵੇਂ ਕਿਵੇਂ ਦਾ ਲੱਛੇਦਾਰ ਲੱਛੇਦਾਰ ਰੁਮਾਲੀ ਪਰੌਂਠਾ ਬਣਾ ਦਈਦੇ ਜਿੱਦਾਂ ਗਾਤ ਕਰੇ ਉਦਾਂ ਹੀ ਬਣਾ ਦਈਦੇ ਆ ਅੱਛਾ ਜੀ ਹਾਂਜੀ 40 ਰੁਪਏ ਪਲੇਟ ਆ ਹਾਂਜੀ ਤੁਸੀਂ ਆਪਣਾ ਗੁਜ਼ਾਰਾ ਬੜੀ ਮੁਸ਼ਕਲ ਦੇ ਨਾਲ ਕਰਦੇ ਹੋ ਔਰ ਤੁਹਾਨੂੰ ਕਿਤੇ ਵੀ ਹੈਲਪ ਨਹੀਂ ਮਿਲ ਰਹੀ ਤੇ ਕੀ ਕਹਿਣਾ ਕੀ ਚਾਹੁੰਦੇ ਤੁਸੀਂ ਪ੍ਰਸ਼ਾਸਨ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਹਾਂਜੀ ਮੈਂ ਕਹਿੰਦੀ ਹਾਂ ਸਾਨੂੰ ਨਾ ਆਪਣਾ ਮਕਾਨ ਸਾਡਾ ਕੋਈ ਹੋਵੇ ਜੇ 'ਚ ਅਸੀਂ ਆਰਾਮ ਨਾਲ ਰਹਿ ਸਕੀਏ ਇੱਥੇ ਬਹੁਤ ਜ਼ਿੰਦਗੀ ਮੁਸ਼ਕਲ ਨਾਲ ਕੱਟਣ ਦੇ ਅਸੀਂ ਬਹੁਤ ਜੀਣਾ ਹੈਰਾਨ ਕੀਤਾ ਹੋਇਆ ਅਤੇ ਅਸੀਂ ਕਹਿੰਦੇ ਸਾਡਾ ਕੋਈ ਹੈਲਪਦਾਰ ਮਿਲ ਜਾਏ ਸਾਡਾ ਆਪਣਾ ਕਮਰਾ ਹੋਵੇ ਜਿੱਥੇ ਅਸੀਂ ਆਰਾਮ ਨਾਲ ਬਹਿ ਕੇ ਰੋਟੀ ਖਾ ਸਕੀਏ ਜਾਂ ਆਪਣੀ ਮਿਹਨਤ ਕਰੇ ਕੋਈ ਛੋਟੀ ਮੋਟੀ ਦੁਕਾਨ ਪਾ ਲਈਏ ਛੋਟੀ ਮੋਟੀ ਦੁਕਾਨ ਪਾ ਲਈਏ ਕਰਿਆਨੇ ਦੀ ਉੱਥੇ ਬਹਿ ਕੇ ਰੋਟੀ ਇੱਥੇ ਬੇਟਾ ਕਮਾਈ ਹੈ ਨਹੀਂ ਹੈ ਸਾਰਾ ਦਿਨ ਧੁੱਪੇ ਸੜ ਕੇ ਚਲੇ ਜਾਈਦਾ ਕੰਮ ਹੈ ਨਹੀਂ ਕੋਈ ਪਰ ਟਾਈਮ ਪਾਸ ਹੈ ਕੁਛ ਕਿਸੇ ਦਾ ਕੋਈ ਸਹਾਰਾ ਨਹੀਂ ਹੈਗਾ ਬਸ ਇਹ ਮੁਸ਼ਕਲ ਹੈ ਇਹਨਾਂ ਦੀ 1500 ਪੈਨਸ਼ਨ ਲੱਗੀ ਹੋਈ ਹੈ ਉਹਦੇ ਨਾਲ ਥੋੜ੍ਹਾ ਬਹੁਤਾ ਬਿੱਲ ਬੁੱਲ ਦੇ ਦਈਦਾ ਵਾ ਬਿਜਲੀ ਦਾ ਬਿੱਲ ਆ ਜਾਵੇ ਉਹ ਦੇ ਦਈਦਾ ਸਾਡਾ ਬਿੱਲ ਵੀ ਮਾਫ਼ ਨਹੀਂ ਕਰਦੇ ਉਹ ਵੀ ਦੇਣਾ ਪੈਂਦਾ ਸਾਨੂੰ ਬਿਜਲੀ ਦਫ਼ਤਰ ਬਿੱਲ ਵਾਸਤੇ ਕਹਿੰਦੇ ਮਾਫ਼ ਕੀਤੇ ਜਾਣਗੇ ਕਹਿੰਦੇ ਤੁਸੀਂ ਤੁਹਾਡੀ ਕਾਸਟ ਕੀ ਮੈਂ ਕਿਹਾ ਸੀ ਜਨਰਲ ਕਾਸਟ ਖੱਤਰੀ ਆ ਕਹਿੰਦਾ ਤੁਸੀਂ ਵੀ ਫਜ਼ੂਲ ਕਾਸਟ ਆ ਤੁਹਾਡਾ ਨਹੀਂ ਹੋਣਾ ਉਹ ਮੇਰਾ ਮਜ਼ਾਕ ਉਡਾਇਆ ਉਹਨਾਂ ਨੇ ਸਮਾਂ ਬਾਕੀ ਸਮਾਂ ਇੱਦਾਂ ਦਾ ਆ ਲੋਕ ਉਹਦੀ ਹੈਲਪ ਕਰਨਗੇ ਜਿਹੜਾ ਬਿਲਕੁਲ ਸਹੀ ਆ ਜਿਹੜਾ ਬੰਦਾ ਲਾਚਾਰ ਬੇਬਸ ਹੈ ਜੇ ਅਸੀਂ ਮਿਹਨਤ ਕਰਕੇ ਖਾ ਰਹੇ ਨਾ ਤਾਂ ਉਹ ਵੀ ਲੋਕ ਸਾਨੂੰ ਕੋਈ ਤੁਚਰਾ ਕਰਦੇ ਖਾਣ ਨਹੀਂ ਦਿੰਦੇ ਅਤੇ ਆਹ ਦੇਖੋ ਚੰਗੇ ਭਲੇ ਮੰਗਤੇ ਚੌਂਕ 'ਚ ਖੜ੍ਹੇ ਅੱਖਾਂ ਵਾਲੇ ਆ ਉਹਨਾਂ ਲੋਕ ਮੰਗਤੇ ਉਹਨਾਂ ਖੁਦ ਅਸੀਂ ਖੁਦ ਬਣਾ ਰਹੇ ਹਾਂ ਉਹ ਮੰਗਤੇ ਨਹੀਂ ਹੈਗੇ ਉਹਨਾਂ ਦੀ ਹੈਲਪ ਕਰ ਕਰਕੇ ਹੈਲਪ ਉਹਦੀ ਕਰੋ ਜਿਹੜਾ ਲਾਚਾਰ ਬੇਬਸ ਹੈ ਜੇ ਮੈਂ ਹੁਣ ਮਿਹਨਤ ਕਰਕੇ ਕਰ ਸਕਦਾ ਤਾਂ ਮੈਨੂੰ ਮਿਹਨਤ ਕਰਨੀ ਹੀ ਚਾਹੀਦੀ ਆ ਉਹਦਾ ਹੱਕ ਬਣਦਾ ਜਿਹੜਾ ਬਿਲਕੁਲ ਲਾਚਾਰ ਬੇਬਸ ਹੋਵੇ ਬੰਦਾ ਦਵਾਈ ਖਾਊਗਾ ਜਾਂ ਰੋਟੀ ਖਾਊਗਾ ਬਹੁਤ ਜੀਣਾ ਮੁਸ਼ਕਲ ਹੋਇਆ ਵੀ ਜਾਂ ਸਾਡੀ ਕੋਈ ਪੈਨਸ਼ਨ ਲੱਗ ਜਾਏ ਇਹਨਾਂ ਦੇ ਜ਼ਰੀਏ ਵੀ ਬਲੈਂਡ ਹੈ ਕੰਮ ਤਾਂ ਕਰ ਨਹੀਂ ਸਕਦੇ ਹੁਣ ਆਪਾਂ ਕਿੰਨੀ ਕੁ ਉਮਰ ਹੈ ਸਾਡੀ ਅਸੀਂ ਕਿੰਨੇ ਕੁ ਚਿਰ ਕੰਮ ਕਰਾਂਗੇ ਸਾਰੀ ਉਮਰ ਤਾਂ ਨਹੀਂ ਨਾ ਕਰਕੇ ਖਾ ਸਕਦੇ ਜ਼ਿਆਦਾ ਤੋਂ ਜ਼ਿਆਦਾ 6 ਮਹੀਨੇ ਸਾਲ ਕਰ ਲਾਂਗੇ ਫਿਰ ਵੀ ਬੇਟਾ ਸਾਡੇ ਕੋਲ ਨਹੀਂ ਹੋ ਸਕਦੀ ਇੰਨੀ ਮਿਹਨਤ ਅਸੀਂ ਵੱਲੋਂ ਬਿਲਕੁਲ ਵੀ ਕੰਟੈਕਟ ਨਹੀਂ ਹੈ ਤੁਹਾਡਾ ਬਿਲਕੁਲ ਵੀ ਤੁਹਾਡੇ ਨਾਲ ਰਾਬਤਾ ਨਹੀਂ ਕਰਦੇ ਵੀ ਦਿਹਾੜੀ ਡੱਪੇ ਵਾਲੇ ਲੱਗੇ ਹੋਏ ਆ ਇਹ 9-9 ਹਜ਼ਾਰ 'ਚ ਲੱਗੇ ਹੋਏ ਆ ਇੱਕ ਵੀ ਬੇਟੀ ਹੈ ਇੱਕ ਦੇ ਦੋ ਬੇਟੇ ਉਹ ਬੋਲਦੇ ਨਹੀਂ ਸੁਣਦੇ ਨਹੀਂ ਉਹਨਾਂ ਦਾ ਆਪਣਾ ਨਹੀਂ ਸਰਦਾ ਉਹਨੇ ਸੰਡ ਕਿੱਥੋਂ ਸਾਰਨਾ ਉਹਨਾਂ ਦੇ ਹੱਥ ਖੜੇ ਵੀ ਅਸੀਂ ਨਹੀਂ ਕਰ ਸਕਦੇ ਕੁਛ ਵੀ ਸ਼ੁਕਰ ਹੈ ਜੀ ਕੋਈ 8-10 ਹਜ਼ਾਰ 'ਚ ਕੀ ਬਣਦਾ ਅੱਜ ਕੱਲ੍ਹ ਇੰਨੀ ਕੋ ਰਿਸ਼ਤੇਦਾਰ ਹੋਵੇ ਜੋ ਤੁਹਾਡੇ ਨਾਲ ਖੜਾ ਹੋਵੇ ਇਸ ਟਾਈਮ ਤੋਂ ਤੁਹਾਡੀ ਦੀ ਸੇਵਾ ਕਰਨ ਲਈ ਤਿਆਰ ਹੋਵੇ ਕੋਈ ਨਹੀਂ ਹੈ ਬੇਟਾ ਕੋਈ ਨਹੀਂ ਕੋਈ ਬੰਦਾ ਹੀ ਨਹੀਂ ਹੈਗਾ ਕੋਈ ਤੁਹਾਡੀ ਸਿਸਟਰ ਭੈਣ ਭਰਾ ਕੋਈ ਨਹੀਂ ਮੇਰੇ ਸਾਰੇ ਮਰ ਗਏ ਉਹ ਇੱਕ ਭਰਾ ਵਾ ਉਹ ਬਿਆਸਰਨ ਦਾ ਉਹ ਆਪਣੇ ਮਸਰਨ ਦਾ ਉਹ ਪੁੱਛਦਾ ਹੀ ਨਹੀਂ ਕਦੀ ਕਿ ਮੇਰੀ ਭੈਣ ਜੀਂਦੀ ਹੈ ਜਾਂ ਮਰ ਗਈ ਹੈ ਮੈਂ ਵੱਡੀ ਹਾਂ ਉਹ ਤੋਂ ਤਾਂ ਉਹ ਤਦ ਕਦੀ ਸਾਨੂੰ ਫੋਨ ਕਰਕੇ ਵੀ ਨਹੀਂ ਰਾਜੀ ਹੈ ਪੁੱਛਦੇ ਹੀ ਨਹੀਂ ਸਾਨੂੰ ਨਾ ਫੋਨ ਕਰੀਏ ਨਾ ਕਰਦੇ ਨਾ ਸੁਣਦੇ ਮਰਦੇ ਖੁਦਾ ਉਹ ਮਾਲਕ ਤਾਂ ਹੀ ਸਾਥ ਦੇ ਜਾਂਦੇ ਬਾਕੀ ਕੁਛ ਐਸੇ ਕਸਟਮਰ ਸਾਡੇ ਜਿਹੜੇ ਆ ਉਹ ਸਾਨੂੰ ਬਹੁਤ ਹੌਸਲਾ ਦਿੰਦੇ ਆ ਅੱਛਾ ਸਮਝਦੇ ਆ ਬਹੁਤ ਜ਼ਿਆਦਾ ਜਾਣੀ ਕਿ ਉਹਨਾਂ ਦਾ ਸਾਨੂੰ ਪ੍ਰੇਮ ਭਾਵ ਨਾਲ ਹੈ ਨਾ ਅੱਛੇ ਮਿਲਣ ਆਪਾਂ ਹੁਣ ਤੁਸੀਂ ਬੇਟਾ ਤੁਸੀਂ ਮੇਰੀ ਤਾਰੀਫ ਕਰੋਗੇ ਆਂਟੀ ਤੁਸੀਂ ਬਹੁਤ ਅੱਛੇ ਅੱਛੇ ਤੁਸੀਂ ਮੇਰੇ ਨੂੰ ਰੋਟੀ ਥੋੜ੍ਹੀ ਖਿਲਾ ਦੋਗੇ ਨਾ ਬੋਲ ਹੀ ਬੋਲ ਲਉਂਗੇ ਬੋਲਣੇ ਵੀ ਅੱਛਾ ਹੁਣ ਇੱਥੇ ਅੰਗਰੇਜ਼ ਜੇ ਆਉਂਦੇ ਹੁੰਦੇ ਸੀ ਉਹ ਸਾਡੇ ਉਹਨਾਂ ਨੇ ਇੱਕ ਦੋ ਵਾਰੀ ਹੈਲਪ ਕੀਤੀ ਹੈ
एक बार मैंने $100 भेजा से, एक बार $250 भेजा से, उस तो बाद लॉकडाउन च भेजा से भी असं घर च इदा बंद से, उस तो बाद वो आए नहीं बेचारे। हाँ जी बहुत अच्छे से उन्होंने साड़ी हेल्प की, धन्यवाद। सो ये देखिए तुसी बहुत ही प्यारा जिहा कपल है, बजुर्ग जोड़ा है जो कि मेहनत कर रहा है और किन्निया उन्होंने दसिया कि किन्निया मुश्किलों का सामना करते हुए भी उन्होंने हार नहीं मनी, कोई भी उन्होंने साथ देने को तैयार ही नहीं है, उन्होंने बच्चे उन्होंने रिश्तेदार कोई भी इस टाइम उन्होंने नाल नहीं खड़ा, पर वह मेहनत करन दे विच विश्वास करते हैं, उन्होंने इस जज्बे नू असी सलाम करते हैं। इस दे नाल ही बड़े रहो दैनिक सवेरा टीवी दे नाल, कैमरामैन दविंदर दे नाल पुनीत पाटिया। ਭਾਰਤ ਦੇ ਨੰਬਰ 1 ਤੰਤਰੀ ਗੁਰੂ ਸ਼ਾਮ ਜੀ ਬੰਗਾਲੀ ਗੋਲਡ ਮੈਡਲਿਸਟ, ਚੌਂਟਾਂ ਸ਼ਕਤੀਆਂ ਦੇ ਮਾਹਿਰ, ਬੰਗਾਲ ਤੋਂ ਸਿੱਧੀ ਪ੍ਰਾਪਤ, ਹਰ ਜਗ੍ਹਾ ਤੋਂ ਨਿਰਾਸ਼ ਤੇ ਮਯੂਸ ਭੈਣ ਭਰਾ, ਇੱਕ ਵਾਰ ਜ਼ਰੂਰ ਫੋਨ ਕਰੋ, ਹਰ ਸਮੱਸਿਆ ਦਾ ਹੱਲ ਘਰ ਬੈਠੇ ਫੋਨ ਤੇ, ਮਾਈ ਪ੍ਰੋਮਿਸ 100% ਰਿਜ਼ਲਟ, ਲਾਮੈਜ ਸੌਂਕਣ ਦੁਸ਼ਮਣ ਤੋਂ ਛੁਟਕਾਰਾ, ਪਤੀ ਪਤਨੀ ਚ ਕਲੇਸ਼, ਕੀਤਾ ਕਿਰਾਇਆ ਵਿਦੇਸ਼ ਯਾਤਰਾ, ਨੌਕਰੀ ਕਾਰੋਬਾਰ ਚ ਪਰੇਸ਼ਾਨੀ, ਕੋਰਟ ਕੇਸ, ਰੁੱਸੇ ਨੂੰ ਮਨਾਉਣਾ ਹੋਵੇ ਤਾਂ ਹੁਣੇ ਫੋਨ ਕਮਾਓ, 101% ਪੱਕਾ ਸਮਾਧਾਨ ਪਾਓ। ਮਾਂ ਵਸ਼ੀਕਰਨ ਤੇ ਮਾਂ ਮੁਟਕਰਨ ਦੇ ਸੁਪਰ ਸਪੈਸ਼ਲਿਸਟ ਗੁਰੂ ਸ਼ਾਮ ਜੀ ਬੰਗਾਲੀ, 9958635478।